ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ ਯੂਟਿਊਬ ਚੈਨਲ ਕਿੰਗ ਕਬੱਡੀ 'ਤੇ। ਦੋਸਤੋ, ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨਾਨਕਸਰ ਕਲੇਰਾਂ ਜਗਰਾਉਂ ਜ਼ਿਲ੍ਹਾ ਲੁਧਿਆਣੇ ਦੇ ਕਬੱਡੀ ਕੱਪ ਦੇ ਬਾਰੇ। ਅਤੇ ਦੋਸਤੋ, ਇਸ ਕਬੱਡੀ ਕੱਪ ਉੱਤੇ ਇਸ ਵਾਰ ਬੈਸਟਾਂ ਨੂੰ 4 ਟਰੈਕਟਰ ਦਿੱਤੇ ਜਾਣਗੇ। ਅਤੇ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਹ ਕਬੱਡੀ ਕੱਪ ਕਦੋਂ ਕਰਵਾਇਆ ਜਾ ਰਿਹਾ ਅਤੇ ਹੋਰ ਕੀ ਕੁਝ ਖਾਸ ਹੋਵੇਗਾ ਇਸ ਟੂਰਨਾਮੈਂਟ ਉੱਤੇ। ਸੋ ਦੋਸਤੋ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਨੂੰ ਦੋਸਤੋ ਚੰਗੀ ਲੱਗਣ ਉੱਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤਾਂ ਚਲੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਇਹ ਟੂਰਨਾਮੈਂਟ ਮਿਤੀ 18 ਫਰਵਰੀ 2023 ਨੂੰ ਨਾਨਕਸਰ ਕਲੇਰਾਂ ਜਗਰਾਉਂ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਕਰਵਾਇਆ ਜਾ ਰਿਹਾ। ਅਤੇ ਦੋਸਤੋ, ਬੈਸਟ ਰੇਡਰ ਅਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਹੋਏ 4 ਟਰੈਕਟਰ ਦਿੱਤੇ ਜਾਣਗੇ। ਇਸ ਤੋਂ ਫਸਟ ਪ੍ਰਾਈਜ਼ ਆ ਇਸ ਟੂਰਨਾਮੈਂਟ ਦਾ 2 ਲੱਖ ਅਤੇ ਸੈਕੰਡ ਪ੍ਰਾਈਜ਼ ਆ 1.5 ਲੱਖ। ਅਤੇ ਇਹ ਟੂਰਨਾਮੈਂਟ ਲਾਈਵ ਚੱਲੇਗਾ ਦੋਸਤੋ ਕਬੱਡੀ365.com ਦੇ ਅਫੀਸ਼ਲੀ ਯੂਟਿਊਬ ਚੈਨਲ ਦੇ ਉੱਤੇ। ਦੋਸਤੋ, ਹਾਲੇ ਤੱਕ ਆਪਾਂ ਨੂੰ ਇਹ ਜਾਣਕਾਰੀ ਨਹੀਂ ਮਿਲੀ ਕਿ ਇਸ ਟੂਰਨਾਮੈਂਟ ਉੱਤੇ ਕਬੱਡੀ 1 ਪਿੰਡ ਓਪਨ 3 ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਜਾਂ ਫਿਰ ਕਲੱਬਾਂ ਦੇ। ਤਾਂ ਦੋਸਤੋ, ਜਦੋਂ ਵੀ ਆਪਾਂ ਨੂੰ ਇਸ ਟੂਰਨਾਮੈਂਟ ਬਾਰੇ ਹੋਰ ਜਾਣਕਾਰੀ ਮਿਲੂਗੀ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰ ਦੇਵਾਂਗੇ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਾ ਕੇ। ਤਾਂ ਦੋਸਤੋ, ਉਹ ਵੀਡੀਓ ਨੂੰ ਦੇਖਣ ਲਈ ਤੁਸੀਂ ਆਪਣੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਂ ਆਪਾਂ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਨਾਲ, ਨਵੇਂ ਕਿਸੇ ਟੌਪਿਕ ਦੇ ਨਾਲ। ਧੰਨਵਾਦ ਜੀ।